ਦੋ ਬੰਦੇ ਜਾਣੀ ਸਾਰੇ ਤੁਰ ਗਏ ਸੀ ਤੇ ਉਹ ਆ ਗਿਆ ਬਾਈ ਆਪਣਾ ਚੰਪ ਵਾਲਾ ਬਾਈ। ਚਲੋ ਜੀ ਦੋਨੇ ਸਾਰੀ ਤੇ ਆਪਾਂ ਕੋਈ ਵੀ ਜਾਣ ਦੀ ਆਪਾਂ ਚੀਜ਼ ਰੈਡੀਮੇਡ ਨਹੀਂ ਲਾਉਂਦੇ ਹੈਗੇ, ਜਿੱਦਾਂ ਕਿ ਮੰਨ ਕੇ ਚਲੋ ਕਈ ਬੰਦੇ ਹੁੰਦੇ ਆ ਆਪਾਂ ਹੁਣ ਚਾਦਰ ਉਹਨਾਂ ਨੂੰ ਪੰਚ ਕਰਾਂਗੇ, ਜਿਵੇਂ ਕਈ ਬੰਦੇ ਹੁੰਦੇ ਆ ਇਹੋ ਜਿਹੀ ਚੀਮੀ ਆ ਤਕਰੀਬਨ ਉਂਗਲ ਮਸਾ ਹੀ ਨਿੰਘਦੀ ਆ ਤੇ ਇਹਨੂੰ ਆਪਾਂ ਡੇਢ ਡੇਢ ਦੋ ਦੋ ਇੰਚੀ ਮਲਗਾੜ ਆਪਾਂ ਉੱਚੇ ਕਰ ਦਾਂਗੇ ਤੇ ਬਾਕੀ ਪਲੇਟਫਾਰਮ ਖੁੱਲ੍ਹ ਗਿਆ ਅਤੇ ਮਲਗਾੜ ਉੱਚੇ ਹੋਏ ਸੀਗੇ ਉੱਦਾਂ ਦੋ ਦੋ ਇੰਚ ਤਾਂ ਚੱਕ ਦਿਆਂਗੇ ਅਤੇ ਤਕਰੀਬਨ ਇੱਥੇ ਤਾਂ ਜਾ ਇੱਥੇ ਤੱਕ ਰਹਿ ਜੂਗੀ ਟਾਂਕੀ ਇੰਨੀ ਉੱਚੀ ਚਲੀ ਜਾਊਗੀ ਅਤੇ ਬਾਕੀ ਆਓ ਫਿਰ ਹੁਣ ਇਹਨੂੰ ਕਰ ਦਿਓ ਉੱਚੀ ਅਤੇ ਪੌੜੀ 'ਚ ਆਪਾਂ ਥੱਲੇ ਆਪਾਂ 18 ਇੰਚ ਰੱਖਿਆ ਵਾ ਅਤੇ 18 ਇੰਚ ਬਿਲਕੁਲ ਜ਼ਿਆਦਾ ਦੂਜਿਆਂ ਨੇ ਜਿਵੇਂ ਹਾਂ ਹੋਲੈਂਡ ਆ ਤਾਂ ਦੂਜੇ ਕਰੋ ਜੇ ਕਰਬੋਰਡ ਤੇ ਇਹ ਮਹਿੰਦਰਾ ਪਹੁੰਚਿਆ ਆਪਣੇ ਕੋਲ ਚੰਡੀਗੜ੍ਹ ਮੋਹਾਲੀ ਕੋਲੋਂ ਅਤੇ ਬਾਕੀ ਇਹਦਾ ਕਰਨਾ ਆਪਾਂ ਇੱਕ ਪਲੇਟਫਾਰਮ ਅਤੇ ਇੱਕ ਮਲਗਾੜ ਇਹਦੇ ਜ਼ਿਆਦਾ ਨੀਵੇਂ ਆ ਤਕਰੀਬਨ ਉਂਗਲ ਮਸਾ ਹੀ ਨਿੰਘਦੀ ਆ ਅਤੇ ਇਹਨੂੰ ਆਪਾਂ ਡੇਢ ਡੇਢ ਦੋ ਦੋ ਇੰਚੀ ਮਲਗਾੜ ਆਪਾਂ ਉੱਚੇ ਕਰ ਦਾਂਗੇ ਅਤੇ ਬਾਕੀ ਪਲੇਟਫਾਰਮ ਖੁੱਲ੍ਹ ਗਿਆ ਅਤੇ ਮਲਗਾੜ ਉੱਚੇ ਹੋਣ ਤੋਂ ਬਾਅਦ ਪਲੇਟਫਾਰਮ ਦਾ ਕੰਮ ਸਟਾਰਟ ਕਰਾਂਗੇ। ਲਓ ਜੀ ਅਤੇ ਲੱਪੇ ਥੱਲੇ ਦੇ ਕੇ ਦੋਨੇ ਸਾਈਡਾਂ ਹੋ ਗਈਆਂ ਕੰਪਲੀਟ ਅਤੇ ਫਰਕ 3 ਉਂਗਲਾਂ ਦਾ ਪੈ ਗਿਆ ਇੱਥੇ ਮੇਰੇ ਵੀਰੋ ਅਤੇ ਕਹਿੰਦੇ ਦੋ ਦੋ ਇੰਚੀ ਜਾਣ ਦੀ ਵਿਹਲ ਪੈ ਗਿਆ ਮਲਗਾੜਾਂ ਦੇ ਪੂਰਾ ਜਾਣ ਦੀ ਐਨ ਅੱਗੇ ਜਮ੍ਹਾਂ ਨਾਲ ਸੀਗਾ ਉਂਗਲ ਮਸਾਂ ਹੀ ਪੈਂਦੀ ਸੀਗੀ ਅਤੇ ਬਾਕੀ ਦੇਖੋ ਕਰੋ ਚੈੱਕਰ ਬੋਰਡ ਥੱਲੇ ਅਤੇ ਆਪਾਂ ਤਾਂ ਜਿੰਨੇ ਲੱਪੇ ਦਿੰਦੇ ਹਾਂ ਸਾਰੇ ਇੱਦਾਂ ਹੀ ਦਿੰਦੇ ਹਾਂ ਮਿਹਰਿਆਂ ਦੇ ਅਤੇ ਆਹ ਚੀਜ਼ ਦਿੰਦੇ ਹਾਂ ਅਤੇ ਮੁੜ ਕੇ ਨਾ ਤਾਂ ਕਦੇ ਮਲਗਾੜ ਹਿੱਲਿਆ ਬਾਬੇ ਦੀ ਕਿਰਪਾ ਨਾਲ ਅਤੇ ਨਾ ਹੀ ਕਦੇ ਹਿੱਲਣਾ ਬਾਬਾ ਅਤੇ ਬਾਕੀ ਰਿਪੋਰਟ ਓਕਿਆ ਅਤੇ ਬੋਲਟ ਓਰੀਜਨਲ ਪਾਇਆ ਆਪਾਂ ਜਮ੍ਹਾਂ ਇਹਨੂੰ ਅਤੇ ਚਾਰੇ ਬੋਲਟ 10 ਇੰਚੀ ਲੰਬੇ ਅਤੇ 24 ਨੰਬਰ 16 mm ਦੇ ਅਤੇ ਓਰੀਜਨਲ ਬੋਲਟ ਪਏ ਆ ਅਤੇ ਬਾਕੀ ਰਿਪੋਰਟ ਓਕੇ ਆ ਸਾਰੀ ਅਤੇ ਬਾਕੀ ਹੁਣ ਸਵੇਰੇ ਇਹਦਾ ਜਿਹੜਾ ਕੰਮ ਸਟਾਰਟ ਕਰਨਾ ਆਪਾਂ ਅਤੇ ਬਾਕੀ ਪਲੇਟਫਾਰਮ ਦਾ ਕੰਮ ਇਹਦਾ ਕਰਦੇ ਹਾਂ ਆਪਾਂ ਸਵੇਰੇ ਸਟਾਰਟ, ਕਲਚ ਕਲੁਚ ਜਿਹੜਾ ਲਾਉਣਾ ਸਾਰਾ ਨਵੇਂ ਮਾਡਲ ਦਾ ਲਾਵਾਂਗੇ ਅਤੇ ਬਾਕੀ ਦੇਖਿਓ ਅੱਗੇ ਅੱਗੇ ਵੀਡੀਓ ਕਿਤੇ ਕਿੱਦਾਂ ਕਿੱਦਾਂ ਕੀ ਬਾਕੀ ਸ਼ੋਅ ਦਾ ਕੰਮ ਵੀ ਇਹਦਾ ਜਿੱਦਾਂ ਦੇ ਹੁਣ ਮਲਗਾੜ ਉੱਚੇ ਹੋ ਗਏ ਦੇਖ ਸਕਦੇ ਹੋ ਤੁਸੀਂ ਸ਼ੋਅ ਤੋਂ ਤਕਰੀਬਨ 2-2.5 ਇੰਚ ਤਾਂ ਹੋ ਗਏ ਮਲਗਾੜ ਅਤੇ ਆਪਾਂ ਦੋਨੇ ਚੀਜ਼ਾਂ ਆਪਾਂ ਤਾਂ ਚੱਕ ਦਾਂਗੇ ਅਤੇ ਨਾਲੇ ਥੋੜ੍ਹੀ ਜਿਹੀ ਉੱਦਾਂ ਦਿੱਖ ਵਧੀਆ ਬਣ ਜੂਗੀ ਟਰੈਕਟਰ ਦੀ ਅਤੇ ਬਾਕੀ ਬੰਪਰ ਦਾ ਜਿਵੇਂ ਹਲੇ ਕੋਈ ਹਲੇ ਵੀਰਾਂ ਨੇ ਆਪਾਂ ਨੂੰ ਦੱਸਿਆ ਨਹੀਂ ਹੈਗਾ ਅਤੇ ਬੰਪਰ ਦਾ ਵੀ ਜਿਵੇਂ ਵੀ ਹੋਊਗਾ ਫਿਰ ਉਵੇਂ ਦਾ ਆਪਾਂ ਕਰਾਂਗੇ ਅਤੇ ਬੰਪਰ ਦੇਖੋ ਸਿੱਧੇ ਲੱਪੇ ਇੱਦਾਂ ਹੀ ਗੱਡੇ ਹੋਏ ਆ ਅਤੇ ਜਿਵੇਂ ਹੋਊਗਾ ਫਿਰ ਵੀਰੇ ਦਾ ਕਰਾਉਣਾ ਹੋਊਗਾ ਇਹਨੂੰ ਆਪਾਂ ਬਾਅਦ ਦੇਖਾਂਗੇ। ਆਓ ਜੀ ਅਤੇ ਬੰਪਰ ਲਾ ਕੇ ਕਰਤਾ ਰੈਲਾ ਜਿਹਾ ਅਤੇ ਹੁਣ ਇਹਦੀ ਆਪਾਂ ਦੀ ਸ਼ੋਅ ਵੀ ਖੋਲ੍ਹ ਦਾਂਗੇ ਅਤੇ ਜਿਹੜੇ ਆ ਲੱਪੇ ਲੱਗੇ ਹੋਏ ਆ ਅਤੇ ਵੀਰੇ ਉਹਨਾਂ ਦੇ ਗਲਤ ਲਾਏ ਹੋਏ ਆ ਪਤਾ ਨਹੀਂ ਜਾਂ ਵੀਰੇ ਉਹਨਾਂ ਨੇ ਲਾਏ ਆ ਜਾਂ ਲਵਾਏ ਆ ਵੈਸੇ ਗਲਤ ਲੱਗੇ ਹੋਇਆ ਬੰਪਰ ਵੀ ਤਕਰੀਬਨ ਇੱਥੋਂ ਉੱਚਾਈ ਬਣਦੀ ਸੀ ਬੰਪਰ ਦੀ ਅਤੇ ਉੱਦਾਂ ਹੁਣ ਇਹਨੂੰ ਆਪਾਂ ਪੂਰਾ ਇਹਨੂੰ ਬੰਪਰ ਨੂੰ ਵੀ ਸਹੀ ਕਰ ਦਾਂਗੇ। ਹੁਣ ਆਪਾਂ ਪਹਿਲਾਂ ਆਂਦੀ ਖੋਲ੍ਹਾਂਗੇ ਸ਼ੋਅ ਅਤੇ ਫਿਰ ਖੋਲ੍ਹਾਂਗੇ ਇਹਦੀ ਟੈਂਕੀ ਕਿਉਂ ਤਾਂ ਅੱਜ ਬੰਪਰ ਕਾ ਬਾਈ ਪਹਿਲਾਂ ਕਿਸੇ ਬੰਦੇ ਨੇ ਜਿਹਨੇ ਪਹਿਲੀ ਵਾਰੀ ਬੰਪਰ ਬਣਾਇਆ ਹੋਣਾ ਨਾ ਉਹਨੇ ਵੀ ਨਹੀਂ ਫੜਨਾ ਕਰੀ। ਹਾਂ ਸਹੀ ਗੱਲ ਸਹੀ ਗੱਲ ਅਣਜਾਣ ਜੇ ਬੰਦੇ ਦਾ ਕੰਮ ਲੱਗਾ ਅਤੇ ਚਲੋ ਆਓ ਫਿਰ ਆਪਾਂ ਬੰਪਰ ਖੋਲ੍ਹ ਕੇ ਰੱਖਤਾ ਹਾਂ ਅਤੇ ਇਹਨੂੰ ਦੇਖਾਂਗੇ ਫਿਰ ਜਿਵੇਂ ਜਿਹੜੇ ਹਿਸਾਬ ਨਾਲ ਵੀਰ ਹੋਣੀ ਕਹਿਣਗੇ ਆਪਾਂ ਉਸ ਹਿਸਾਬ ਨਾਲ ਇਹਦੀ ਸੈਟਿੰਗ ਕਰ ਦਾਂਗੇ ਬੰਪਰ ਦੀ ਸਾਰੀ ਅਤੇ ਬਾਕੀ ਹੁਣ ਸ਼ੋਅ ਜਿਹੜੀ ਮੂਹਰ ਨੂੰ ਢਲਕਦੀ ਹੈ ਇਹਦੀ ਦੇਖ ਸਕਦੇ ਹੋ ਤੁਸੀਂ ਮੂਹਰ ਨੂੰ ਆਏ ਜਾਂਦੀ ਹੈ ਥੱਲੇ ਨੂੰ ਆਏ ਅਤੇ ਇਹ ਪੂਰੀ ਕਰ ਦਾਂਗੇ ਸੈਟਅਪ ਅਤੇ ਮਲਗਾੜ ਤਾਂ ਆਪਾਂ ਪਹਿਲਾਂ ਕਰ ਹੀ ਦਿੱਤੇ ਸੀ ਉੱਚੇ ਹੁਣ ਆਪਣੀ ਸ਼ੋਅ ਖੋਲ੍ਹ ਕੇ ਟੈਂਕੀ ਖੋਲ੍ਹ ਦੇਣੀ ਫਿਰ ਕਰ ਦਿਆਂਗੇ ਰਿਪੋਰਟ ਓਕੇ। ਆਓ ਜੀ ਕਰਤਾ ਰੋਡਾ ਭੋਡਾ ਜਿਹਾ ਲੈਣਾ ਕਰਤਾ ਅਤੇ ਬਾਕੀ ਇੱਕ ਤਾਂ ਖੋਲ੍ਹ ਕੇ ਦੇਖਿਆ ਰੇਡੀਏਟਰ ਵਾਲਾ ਟੁੱਟਿਆ ਹੋਇਆ ਜਗਾੜਮੈਂਟ ਸਾਰਾ ਅਤੇ ਇੱਧਰੋਂ ਆਹ ਘੇਰਾ ਵੀ ਟੁੱਟਿਆ ਹੋਇਆ ਸਾਰਾ ਅਤੇ ਰੇਡੀਏਟਰ ਖੋਲ੍ਹ ਕੇ ਵੀਰੋ ਨੇ ਕਹਿੰਦਾ ਇਹ ਬਿਲਡਿੰਗ ਕਰਵਾ ਦੇਣਗੇ ਅਤੇ ਬਾਕੀ ਜਿਹੜੀ ਟੈਂਕੀ ਆਪਾਂ ਅਤੇ ਇੱਥੋਂ ਥੱਲੇ ਖੋਲ੍ਹ ਕੇ ਆਹ ਬੋਲ ਹੋਇਆ ਜਿਵੇਂ ਆਪਾਂ ਦੂਜੇ ਪਹਿਲਾਂ ਵਾਲੇ ਦੇ ਕਰੇ ਸੀਗੇ ਉੱਦਾਂ 2-2 ਇੰਚ ਤਾਂ ਚੱਕ ਦਿਆਂਗੇ ਅਤੇ ਤਕਰੀਬਨ ਇੱਥੇ ਕਿਤੇ ਜਾ ਇੱਥੇ ਤੱਕ ਰਹਿ ਜੂਗੀ ਟਾਂਕੀ ਇੰਨੀ ਉੱਚੀ ਚਲੀ ਜਾਊਗੀ ਅਤੇ ਬਾਕੀ ਆਓ ਫਿਰ ਹੁਣ ਇਹਨੂੰ ਕਰ ਦਿਓ ਉੱਚੀ ਅਤੇ ਫਿਰ ਬਾਅਦ 'ਚ ਉਦੋਂ ਬਾਅਦ ਪਲੇਟਫਾਰਮ ਦਾ ਕੰਮ ਸਟਾਰਟ ਕਰਾਂਗੇ। ਅਤੇ ਜੀ ਆਪਾਂ ਟੈਂਕੀ ਉੱਚੀ ਚੱਕਤੀ ਅਤੇ ਦੇਖ ਸਕਦੇ ਹੋ ਅਤੇ 2 ਇੰਚ ਥੱਲੇ ਇੱਧਰ ਸਪੇਸ ਦਿੱਤਾ ਅਤੇ 2 ਇੰਚੀ ਹੋਈ ਅਤੇ ਇੱਧਰ ਆ ਦਿੱਤਾ ਬਾਕੀ ਰਿਪੋਰਟ ਹੋ ਗਿਆ ਅਤੇ 2 ਇੰਚ ਚਾਂ ਹੋ ਗਈ ਸਾਰੀ ਟੈਂਕੀ ਅਤੇ ਬਾਕੀ ਹੁਣ ਦੇਖੋ ਕਰੋ ਚੈੱਕ ਰਿਪੋਰਟ ਜਾਣ ਦੀ ਮਲਗਾੜਾਂ ਦੇ ਤਕਰੀਬਨ ਮਲਗਾੜਾਂ ਦੇ ਬਰਾਬਰ ਜੇ ਹੋ ਗਈ ਅਤੇ ਬਾਕੀ ਹੁਣ ਉਸ ਹਿਸਾਬ ਨਾਲ ਹੀ ਆਪਾਂ ਸ਼ੋਅ ਫਿੱਟ ਕਰ ਦੇਣਾ ਅਤੇ ਰੇਡੀਏਟਰ ਇਹਦਾ ਖੋਲ੍ਹਤਾ ਸੀ ਰੇਡੀਏਟਰ ਜ਼ਿਆਦਾ ਖਰਾਬ ਹੋਇਆ ਸੀਗਾ
ਤੇ ਬਾਕੀ ਵਿੱਚ ਸਾਰਾ ਗੰਦ ਮੰਦੀ ਆ, ਬਾਕੀ ਸਾਫ਼ ਕਰਾ ਦੇਣਗੇ ਕਿਹੜਾ। ਤੇ ਆਓ ਆਓ ਜੀ, ਅਤੇ ਮਹਿੰਦਰਾ ਦਾ ਸ਼ੋਅ ਦਾ ਕੰਮ ਹੋ ਗਿਆ ਕੰਪਲੀਟ। ਓਕੇ, ਅਤੇ ਦੇਖ ਸਕਦੇ ਹੋ ਅਤੇ ਸ਼ੋਅ ਉੱਚੀ ਹੋ ਗਈ ਅਤੇ ਨਾਲੇ ਬਹੁਤ ਨਵੇਂ ਮਾਡਲ ਵਾਲੇ ਪੈ ਗਏ। ਅਤੇ ਬਾਕੀ ਉੱਚਾਈ ਤਕਰੀਬਨ ਪਹਿਲਾਂ ਨਾਲੋਂ 2-2.5 ਇੰਚ 2.5 ਇੰਚ ਉੱਛੋ ਉੱਚੀ ਹੋ ਗਈ। ਬਾਕੀ ਕਰੋ ਚੈੱਕ ਰਿਪੋਰਟ, ਅਤੇ ਪਲੇਟਫਾਰਮ ਵਾਲਾ ਕੰਮ ਚੱਲੀ ਜਾਂਦਾ ਅਤੇ ਪੱਤੀਆਂ ਲੱਗ ਗਈਆਂ ਹੁਣ। ਇਹ ਤੋਂ ਬਾਅਦ ਕੱਟਦੇ ਹਾਂ ਆਪਾਂ ਚਾਦਰਾਂ, ਚਾਦਰਾਂ ਕੱਟਣ ਤੋਂ ਬਾਅਦ ਫਿਰ ਆਪਾਂ ਜਿਹੜਾ ਕਲੱਚ ਆ ਫਿਰ ਉਹਦੀ ਸੈਟਿੰਗ ਕਰਾਂਗੇ, ਅਤੇ ਉਸ ਤੋਂ ਪਹਿਲਾਂ ਆਪਾਂ ਕੱਟਾਂਗੇ ਚਾਦਰਾਂ ਇਹਦੀਆਂ। ਆਓ ਫਿਰ ਹੁਣ ਆਪਾਂ ਕੱਟੀਏ ਚਾਦਰਾਂ। ਆਓ ਬਈ, ਅਤੇ ਆਪਾਂ ਹੁਣ ਲੱਗੇ ਹਾਂ ਚਾਦਰਾਂ ਕੱਟਣ, ਅਤੇ ਨਿਸ਼ਾਨੀ ਲੱਗ ਗਈ, ਮਾਰਕਿੰਗ ਲੱਗ ਗਈ ਸਾਰੀ। ਅਤੇ ਆਪਾਂ ਕੋਈ ਵੀ ਜਾਣ ਦੀ ਆਪਾਂ ਚੀਜ਼ ਰੈਡੀਮੇਡ ਨਹੀਂ ਲਾਉਂਦੇ ਹੈਗੇ, ਜਿੱਦਾਂ ਕਿ ਮੰਨ ਕੇ ਚਲੋ ਕਈ ਬੰਦੇ ਹੁੰਦੇ ਆ, ਆਪਾਂ ਹੁਣ ਚਾਦਰ ਉਹਨੂੰ ਪੰਚ ਕਰਾਂਗੇ। ਜਿਵੇਂ ਕਈ ਬੰਦੇ ਹੁੰਦੇ ਆ ਇਹੋ ਜਿਹੀ ਚਾਦਰ ਲੈ ਕੇ ਉੱਤੇ, ਜਿਹੜੇ ਜਿੱਦਾਂ ਮੰਨ ਕੇ ਚਲੋ ਫਰਸ਼ 'ਤੇ ਦਾਣੇ ਜਿਹੇ ਹੁੰਦੇ ਆ, ਜਿਹੜੇ ਬੂਟੀਆਂ ਵਾਲੀ ਹੁੰਦੀ ਆ, ਜਿਹਨੂੰ ਟਰੱਕਾਂ ਵਾਲੀ ਚਾਦਰ ਕਹਿ ਦਿੰਦੇ ਆ, ਕਈ ਤਾਂ ਉਹੀ ਲਾ ਦਿੰਦੇ ਆ। ਅਤੇ ਆਪਾਂ ਹੁਣ ਇਹ ਚਾਦਰ ਨੂੰ ਕਰਕੇ ਪੂਰਾ ਫਰਮਾ, ਅਤੇ ਫਿਰ ਪੰਚ ਕਰਾਂਗੇ ਇਹਨੂੰ ਇਕੱਲੇ 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 ਸਰਾਖ ਨੂੰ ਪੰਚ ਕਰਾਂਗੇ। ਲਓ ਜੀ, ਅਤੇ ਆਪਣਾ ਗੁੱਲਾ ਰੈਡੀ ਹੋ ਗਿਆ, ਅਤੇ ਕਲੱਚ ਵਾਲਾ ਉਹਦੇ ਬੁਸ਼ ਲੱਗਣਾ ਸੀ, ਬੁਸ਼ ਆਪਾਂ ਲਾਤੇ ਨਵੇਂ ਉਹਦੇ। ਅਤੇ ਬਾਕੀ ਰਿਪੋਰਟ ਓਕੇ ਬਿਲਕੁਲ। ਹੁਣ ਆਓ ਹੁਣ ਆਪਾਂ ਇਹਨੂੰ ਫਿਰ ਕਰਦੇ ਹਾਂ ਸੈਟਿੰਗ, ਅਤੇ ਕਲੱਚ 'ਚ ਬੁਸ਼ ਪਾ ਕੇ ਫਿਰ ਰੈਮਰ ਕਰਦੇ ਹਾਂ। ਲਓ ਜੀ, ਅਤੇ ਚਾਦਰਾਂ ਆਪਣੀਆਂ ਪੰਚ ਹੋ ਗਈਆਂ, ਅਤੇ ਦੋਨੇ ਅਤੇ ਇੱਕ ਉਹ ਪਈ ਆ ਅਤੇ ਕਿੱਧਰ ਤੇਰ ਉਹ ਪਈ ਆ। ਅਤੇ ਬਾਕੀ ਜਦੋਂ ਰਵਿੰਦਰ ਹੋਣੀ ਆਉਂਦੇ ਆ ਮੇਨ ਸ਼ੋਅ ਹੀ ਦੇਖਦੇ ਆ ਪਹਿਲਾਂ, ਅਤੇ ਸ਼ੋਅ ਤਕਰੀਬਨ ਬਹੁਤ ਜ਼ਿਆਦਾ ਜਾਂਦੀ, ਪੂਰਾ ਐਨ ਹੋਣ ਜਾਂਦੀ, ਟਰੈਕਟਰਾਂ ਖੜਾਵਾ ਪੂਰਾ ਸਹੀ ਬਣ ਗਿਆ। ਅਤੇ ਜਦੋਂ ਵੀ ਆਉਂਦੇ ਆ ਸ਼ੋਅ ਵਾਲੀ ਉਹ ਦੇਖਣ ਲੱਗ ਜਾਂਦੇ ਆ, ਕਹਿੰਦਾ ਬਾਬੇ ਸ਼ੋਅ ਜਾਣ ਦੀ ਸਿਰਾ ਹੋ ਗਿਆ ਕੰਮ, ਜਾਣ ਦੀ ਟੈਂਕੀ ਬੀਟੀ ਸ਼ੋਅ ਵੀ ਜਾਂਦੀ ਪੂਰਾ, ਕਹਿੰਦੇ ਜਾਣੀ ਉੱਤੇ ਬੈਠੇ ਤਾਂ ਵੀ ਪਤਾ ਲੱਗਦਾ ਪੂਰਾ ਵੀ ਹਾਂ ਗੱਲਬਾਤ ਹੈ। ਪਹਿਲਾਂ ਸ਼ੋਅ ਸੀਗੀ ਜਿਹੜੀ ਮੂਹਰੇ ਢਾਲੂ ਵਾਲੀ ਸੀਗੀ, ਅਤੇ ਬਾਕੀ ਗਰਮੀ ਹੈਗੀ ਆ ਬਾਹਲੀ ਜ਼ਿਆਦਾ, ਅਤੇ ਕੂਲਰ ਕੱਢਿਆ ਹੋਇਆ, ਕੂਲਰ ਲਾਇਆ ਅਤੇ ਬੁਰਾ ਹਾਲ ਹੋਇਆ ਪਿਆ ਗਰਮੀ ਦਾ। ਆਓ ਫਿਰ ਹੁਣ ਆਪਾਂ ਜਦ ਤੱਕ ਚਾਦਰਾਂ ਸਿੱਧੀਆਂ ਕਰੀ ਚਾਦਰਾਂ ਕਰਦੇ ਹਾਂ ਬੈਲਟ, ਅਤੇ ਆਓ ਬੰਦੇ ਜਾਣੀ ਸਾਰੇ ਤੁਰ ਗਏ ਸੀ, ਅਤੇ ਉਹ ਆ ਗਿਆ ਬਾਈ ਆਪਣਾ ਚੰਪ ਵਾਲਾ ਬਾਈ। ਚਲੋ ਜੀ, ਦੋਨੇ ਚਾਦਰਾਂ ਪੰਚ ਹੋਈਆਂ ਪਈਆਂ, ਅਤੇ ਕਰਕੇ ਹੁਣ ਆਪਾਂ ਕਰਦੇ ਹਾਂ ਬੈਲਟ। ਲਓ ਜੀ, ਅਤੇ ਆਪਣੇ ਸਟੈਪ ਅਤੇ ਸਟੈਪ ਵਾਲੀ ਰੇਲਿੰਗ ਸਾਈਡ ਵਾਲੀ ਉਹ ਤਿਆਰ ਹੋ ਗਈਆਂ ਸੀਗੀਆਂ, ਤਿਆਰ ਰੇਲਿੰਗਾਂ ਸਾਈਡ 'ਤੇ ਜਿਹੜੀ ਆਪਾਂ ਪੌੜੀ ਸਟੈਪ ਲਾਉਣਾ, ਅਤੇ ਉਹ ਇਹ ਵੀ ਆਪਾਂ ਜਾਣ ਦੀ ਆਪਦੀਆਂ ਤਿਆਰ ਕਰੀ ਆ, ਜਾਣ ਦੀ ਕੋਈ ਕਟਿੰਗ ਨਹੀਂ ਹੈਗੀ, ਜਿਵੇਂ ਕਹਿ ਦਿੰਦੇ ਆ ਜੀ ਲੇਜ਼ਰ ਕਟਿੰਗ ਆ ਜਾਂ ਉਹ ਆ, ਨਾ ਉਹ ਨਹੀਂ ਹੈਗੀ, ਅਤੇ ਇਹ ਸਿੰਪਲ ਤਿਆਰ ਕਰੀ, ਅਤੇ ਇੱਕ ਸਾਈਡ ਵਾਲੀ ਪੌੜੀ ਲਾਤੀ ਆਪਾਂ, ਅਤੇ ਕਰੋ ਚੈੱਕ ਰਿਪੋਰਟ, ਅਤੇ 18 ਇੰਚ ਜਾਣ ਦੀ ਪੌੜੀ ਥੱਲੇ ਨੂੰ ਆਪਾਂ ਲੰਬੀ ਰੱਖੀ ਆ, ਅਤੇ ਜ਼ਿਆਦਾ ਆਪਾਂ ਤਾਂ ਨਹੀਂ ਰੱਖੀ ਹੈਗੀ, ਤਾਂ ਕਰਕੇ ਵੀ ਕਈ ਵਾਰੀ ਫਿਰ ਜਦੋਂ ਨੀਵਾਂ ਜ਼ਿਆਦਾ ਚੱਲ ਜਾਂਦਾ, ਅਤੇ ਪੌੜੀ 'ਚ ਆਪਾਂ ਥੱਲੇ ਨੂੰ ਆਪਾਂ 18 ਇੰਚ ਰੱਖਿਆ ਵਾ, ਅਤੇ 18 ਇੰਚ ਬਿਲਕੁਲ ਜ਼ਿਆਦਾ, ਅਤੇ ਦੂਜਿਆਂ ਨੇ ਜਿਵੇਂ ਹਾਂ ਹੋਲੈਂਡ ਆ ਜਾਂ ਦੂਜੇ ਜਿਹੜੇ 16 ਟਾਇਰ ਜਿਹਨਾਂ ਹੁੰਦੇ, ਉਹ ਆਪਾਂ 20 ਇੰਚ ਰੱਖ ਦਿੰਦੇ ਹਾਂ ਥੱਲੇ ਨੂੰ, ਅਤੇ 18 ਇੰਚ ਰੱਖਿਆ। ਬਾਕੀ ਕਰੋ ਚੈੱਕ ਰਿਪੋਰਟ, ਅਤੇ ਦੇਖੋ, ਅਤੇ ਬਾਕੀ ਹੁਣ ਇੱਕ ਸਾਈਡ ਇੱਦਾਂ ਹੀ ਇਹਨੂੰ ਕੰਪਲੀਟ ਕਰ ਰਹੇ, ਫਿਰ ਇੱਧਰ ਦੂਜੀ ਸਾਈਡ ਆ ਜੂਗੀ, ਅਤੇ ਦੂਜੀ ਸਾਈਡ ਆ ਜਿਹੜੀ, ਅਤੇ ਉਹ ਇੱਧਰ ਲਾ ਕੇ ਅਤੇ ਥੱਲੇ ਬੈਟਰੀ ਬੋਕਸ ਜਿਹੜਾ ਉਹ ਪਿਆ ਵਾ, ਅਤੇ ਆਪਾਂ ਥੱਲੇ ਪੈਂਦਾ ਕਰ ਦੇਣਾ ਇਹਦੇ, ਅਤੇ ਬਾਕੀ ਆਓ ਹੁਣ ਇਹਨੂੰ ਇੱਕ ਸਾਈਡ ਨੂੰ ਕਰਦੇ ਹਾਂ ਕੰਪਲੀਟ, ਕੰਪਲੀਟ ਕਰਕੇ ਫਿਰ ਇਹਨੂੰ ਲਾ ਦਾਂਗੇ, ਫਿਰ ਦੂਜੀ ਸਾਈਡ ਕਰ ਦਾਂਗੇ। ਲਓ ਜੀ, ਅਤੇ ਬੈਟਰੀ ਬਾਕਸ ਕਰਤਾ ਸੈੱਟ ਆਪਾਂ, ਅਤੇ ਬਾਕੀ ਰਿਪੋਰਟ ਓਕਿਆ, ਅਤੇ ਅੱਗੇ ਵਾਂਗੂ ਹੀ ਕਰਾਂਗੇ, ਜਿਵੇਂ ਆਪਾਂ ਕਿੱਥੇ ਨਟ ਲਾ ਕੇ ਕਰਦੇ ਹੁੰਦੇ ਹਾਂ ਅਤੇ ਉੱਦਾਂ ਹੀ ਕਰਾਂਗੇ। ਜੀ, ਬਾਕੀ ਰਿਪੋਰਟ ਓਕੇ ਆ, ਅਤੇ ਗਰੈਂਡਰ ਗੁੰਡਰ ਸਾਰਾ ਕੁਛ ਬਚ ਗਿਆ, ਫਿਨਿਸ਼ਿੰਗ ਸਾਰਾ ਕੁਛ ਰਿਪੋਰਟ ਓਕੇ ਆ, ਅਤੇ ਪੌੜੀ ਪੁਣੀ, ਅਤੇ ਹੁਣ ਰੰਗ ਵੀ ਤਿਆਰ ਕਰ ਲਿਆ ਆਪਾਂ। ਰੰਗ ਦਾ ਇਹਦਾ ਥੋੜ੍ਹਾ ਜਿਹਾ ਫਰਕ ਸੀਗਾ, ਜਾਣ ਦੀ ਮੰਨ ਕੇ ਚੱਲੋ ਮੇਰੇ ਲੱਗਦਾ 97-97 ਵਾਲਾ ਟਰੈਕਟਰ ਆ, ਅਤੇ ਉਸ ਹਿਸਾਬ ਨਾਲ ਹੀ ਆਪਾਂ ਰੰਗ ਤਿਆਰ ਕਰ ਲਿਆ, ਅਤੇ ਰੰਗ ਬਾਹਲਾ ਜ਼ਿਆਦਾ ਫਰਕ ਨਹੀਂ, ਫਿਰ ਉਸ ਹਿਸਾਬ ਨਾਲ ਹੁਣ ਪੂਰਾ ਕਰ ਲਿਆ, ਡੁੱਲਿਆ ਹੋਇਆ ਰੰਗ ਦਾ ਸਬੂਤ ਦੇ ਪੂਰਾ ਐਨ ਬਣਾਤਾ 00। ਬਾਕੀ ਉੱਧਰ ਬੰਦਾ ਏ ਸੀ ਚਲਾ ਕੇ ਬੈਠਾ, ਕਹਿੰਦਾ ਗਰਮੀ ਬਹੁਤ ਆ। ਲਓ ਜੀ, ਅਤੇ ਪਲੇਟਫਾਰਮ ਹੋ ਗਿਆ ਸਾਰਾ ਰੰਗ,
ਤੇ ਬਾਕੀ ਜਿਹੜਾ ਬੈਟਰੀ ਬਾਕਸ ਵਾਲਾ ਉਹ ਆਪਾਂ ਰੰਗ ਛੱਡਤਾ ਉਹਦੇ ਤੇ ਆਪਾਂ ਰੂਬਾ ਸੀਲ ਮਾਰ ਦਾਂਗੇ ਥੱਲੇ, ਕਿਉਂ ਕਈ ਵਾਰ ਤੇਜ਼ਾਬ ਤੂੰ ਪੈਣ ਤੇ ਫਿਰ ਜਾਣੀ ਕੁਦਾਂ ਜਿੱਦਾਂ ਹੁਣ ਪਹਿਲਾਂ ਮਾੜਾ ਮੋਟਾ ਗਲਿਆ ਹੋਇਆ ਫਿਰ ਗਾਲਣ ਦੀ ਕੋਈ ਚੱਕਰ ਨਹੀਂ ਪਊਗਾ ਤੇ ਮੋਟੀ ਰੂਬਾ ਸੀਲ ਮਾਰ ਦਾਂਗੇ ਤੇ ਬਾਕੀ ਇੱਧਰ ਰਿਪੋਰਟ ਓਕੇ ਆ ਸਾਰੀ ਤੇ ਬਾਕੀ ਹੁਣ ਆਪਾਂ ਲੱਗਦੇ ਹਾਂ ਬੰਪਰ ਨੂੰ ਤੇ ਹਿੱਸੇ ਦਾ ਰੰਗ ਰਹਿ ਗਿਆ, ਹਿੱਸੇ ਦਾ ਰੰਗ ਆਪਾਂ ਲੱਪੇ ਲਾ ਕੇ ਬੰਪਰ ਦੇ ਸਾਈਡਾਂ ਦੇ ਲੱਪੇ ਜਿਵੇਂ ਵੀਰ ਉਹਨਾਂ ਦਾ ਪਹਿਲਾਂ ਜਗਾੜ ਦੂਏ ਲੋਡ ਕਰਿਆ ਹੋਇਆ ਸੀਗਾ ਤੇ ਬੰਪਰ ਵੀ ਉੱਚਾ ਜ਼ਿਆਦਾ ਜਾਂਦਾ ਸੀਗਾ ਤੇ ਹੁਣ ਆਪਾਂ ਲੱਪੇ ਆਪਦੇ ਹਿਸਾਬ ਨਾਲ ਬਣਾ ਕੇ ਲਾਉਣੇ ਆ ਤੇ ਜਿਹੜੇ ਬੰਪਰ ਦੇ ਸਰਾਖ ਆ ਤੇ ਉਹ ਵੀ ਚੇਂਜ ਕਰ ਦਿਆਂਗੇ। ਲਓ ਜੀ ਤੇ ਲੱਪੇ ਤਾਂ ਆਪਣੇ ਕੋਲ ਤਿਆਰ ਪਏ ਸੀਗੇ ਆਹ ਪਹਿਲਾਂ ਵਾਲੀ ਤੇ ਬਾਕੀ ਬੰਪਰ ਵਾਲੀ ਮਗਲੀ ਬਰੇਡ ਵਰਤੀ ਜਿਹੜੀ ਉਹ ਤਿੰਨ ਸਰਾਖ ਗਲਤ ਪਏ ਹੋਏ ਸੀਗੇ ਤੇ ਆਪਾਂ ਹੁਣ ਉਸ ਹਿਸਾਬ ਨਾਲ ਤਿਆਰ ਕਰ ਲਈ ਤੇ ਇੱਥੇ ਵੈਲਡ ਹੋ ਜੂਗੇ ਇਹ ਵੈਲਡਾਂ ਕਰਕੇ ਇੱਕ ਇੱਕ ਸਪੋਰਟ ਅੰਦਰ ਲਾਵਾਂਗੇ ਤੇ ਬਾਕੀ ਰਿਪੋਰਟ ਹੈ ਜੀ ਓਕੇ। ਲਓ ਜੀ ਤੇ ਬੰਪਰ ਹੋ ਗਿਆ ਸੀ ਓਕੇ ਪੂਰਾ ਤੇ ਰਗੜ ਰੁਗ ਐਨ ਸੈੱਟ ਤੇ ਇੱਦਾਂ ਲੱਗ ਗਏ ਸੀ ਮਗਰ ਤੇ ਲੱਪੇ ਹੁਣ ਉੱਧਰ ਆਪਾਂ ਵੈਲਡਾਂ ਕਰਨੇ ਆ ਤੇ ਬਾਕੀ ਹੁਣ ਫਿਲਹਾਲ ਇਹਨੂੰ ਰੰਗ ਮਾਰ ਦਿੰਦੇ ਹਾਂ ਤੇ ਬਾਕੀ ਐਨ ਫਿਨਿਸ਼ਿੰਗ ਪੂਰੀ ਕਰਤੀ ਓਕੇ ਬਿਲਕੁਲ ਤੇ ਬਾਕੀ ਜਿਹੜੀ ਮਾੜੀ ਮੋਟੀ ਸਫਾਈ ਕਰਨ ਵਾਲੀ ਸੀ ਉਹ ਹੋ ਗਈ ਤੇ ਇੱਕ ਨੁਕਸਾਨ ਹੋ ਗਿਆ ਆਪਣਾ ਤੇ ਆਪਣੇ ਵਾਲੀ ਭੂੰਡੀ ਟੁੱਟ ਗਈ ਭੂੰਡੀ ਆ ਸਕੂਟਰੀ ਆਹ ਦੇਖੋ ਉਹਦਾ ਖੜ੍ਹੇ ਖੜ੍ਹੇ ਤੇ ਬੰਦੇ ਨੇ ਕਿਸੇ ਨੇ ਰੇਹ ਦਿੱਤੀ ਸਿੱਧੀ ਜਾ ਕੇ ਡੈਡ ਦੇਣੇ ਲੱਗੀ ਕੰਧ 'ਚ ਤੇ ਇੱਥੋਂ ਆਹ ਚੀਜ਼ ਦੱਬ ਗਈ ਤੇ ਕਾਹ ਥੋੜ੍ਹਾ ਜਿਹਾ ਤੇ ਹੁਣ ਇਹਨੂੰ ਖੋਲ੍ਹਣ ਲੱਗਿਆ ਸਾਡੀ ਜਵਾਨ। ਕਿੰਨੇ ਦਿਨਾਂ ਬਾਅਦ ਆਇਓ? ਘੱਟੋ ਘੱਟ 5 ਮਹੀਨੇ। ਬਾਬੇ ਤੂੰ ਇਹ ਤਾਂ ਬਗੇੜਾ ਮਾਰਦਾ ਰਹਿੰਦਾ ਸੀਗਾ। ਹਾਂ ਮੈਂ ਕੰਮ ਤੇ ਜਾਂਦਾ। ਲਓ ਜੀ ਰਾਤ ਆਪਾਂ ਕਰਤਾ ਸੀ ਪਲੇਟਫਾਰਮ ਤੇ ਇੱਧਰ ਵਾਲਾ ਵੀ ਤੇ ਇੱਧਰ ਵਾਲਾ ਵੀ ਇੱਧਰ ਵਾਲੀ ਪੌੜੀ ਲੱਗੀ ਸੀ ਉੱਧਰ ਵਾਲੀ ਹੁਣ ਆਪਾਂ ਥੋੜ੍ਹਾ ਬੈਟਰੀ ਬਾਕਸ ਦੀ ਮਾੜੀ ਜਿਹੀ ਸੈਟਿੰਗ ਜੀ ਕਰਨ ਵਾਲੀ ਸੀ ਤੇ ਇੱਕ ਕਲੱਚ ਵਾਲਾ ਡੀਵਰ ਕਸਣ ਵਾਲਾ ਸੀਗਾ ਇੱਧਰਲੀ ਪੌੜੀ ਤੋਂ ਬਾਅਦ ਕਹਿੰਦਾ ਇਹਦੇ ਬਾਕੀ ਅੰਦਰ ਇਹਦਾ ਬਲੈਕ ਪੇਂਟ ਮਾਰ ਦਿੰਦੇ ਬਾਕੀ ਉਹਦੀ ਮਾੜੀ ਜਿਹੀ ਸੈਟਿੰਗ ਕਰਨ ਵਾਲੀ ਸੀ ਕਿਉਂ ਹੁਣ ਫਿਰ ਆਪਾਂ ਦੂਜਾ ਦੀ ਗੱਲ ਕਰਦੇ ਤੇ ਬਾਕੀ ਰਿਪੋਰਟ ਹੋ ਗਈ ਓਕੇ ਤੇ ਇਹਦੇਲੀ ਪੌੜੀ ਹੋ ਗਈ ਹੁਣ ਬੈਟਰੀ ਵੀ ਰੱਖਤੀ ਤੇ ਸਪਲਾਈਆਂ ਸਪਲੂਈਆਂ ਚਲਾਤੀਆਂ ਸਾਰੀਆਂ ਬਾਈ ਜੀ ਉਹਨਾਂ ਦੀਆਂ ਤਾਰਾਂ ਬਾਲੀਆਂ ਨਜਾਇਜ਼ ਹੀ ਪਾਈਆਂ ਹੋਈਆਂ ਹਨਾ ਬਹੁਤ ਲੱਗਿਆ ਹੋਇਆ ਬਾਈ ਡੈਕ ਸਾਰਾ ਸਾਰਾ ਬਾਈ ਨਾ ਡੈਕ ਫਰੇਮਿੰਗ ਲੈਟ ਸਾਰਾ ਜਿੰਨਾ ਕੁਝ ਬਾਈ ਉਹਨਾਂ ਦਾ ਕਰਿਆ ਸਾਰਾ ਕੁਝ ਘਰੇ ਕਰਿਆ ਹੋਇਆ ਜਿੰਨਾ ਪੱਲੇ ਕੋਲੇ ਤਾਰਾਂ ਤੂੜਾਂ ਦਾ ਵੀ ਬਾਈ ਉਹਨਾਂ ਸਾਰਾ ਆਪ ਹੀ ਕਰਿਆ ਹੋਇਆ ਜਗੜਮਾ ਹੁਣ ਆਪਾਂ ਜਿਹੜੀਆਂ ਵਾਧੂ ਘਾਟੂ ਲੈਟਾਂ ਸੀਗੀਆਂ ਸਾਰੀਆਂ ਲਾਤੀਆਂ ਤੇ ਇੱਕ ਗਰੀ ਹੁਣ ਟਰੈਕਟਰ ਜਿੱਥੇ ਜਾਣਾ ਉੱਥੇ ਜਾ ਕੇ ਆਉਣ ਤੋਂ ਬਾਅਦ ਥੱਲੇ ਤੇ ਪੱਤੀ ਲਾ ਦਾਂਗੇ ਲੈਟਾਂ ਵਾਲੀ ਇੱਕ ਤੇ ਜਿਹੜਾ ਬਾਕੀ ਹੋਰ ਨਿੱਕਾ ਮੋਟਾ ਕੰਮ ਉਹ ਹੋ ਜਾਊਗਾ ਤੇ ਫਿਲਹਾਲ ਹੁਣ ਆਪਾਂ ਸਟਾਰਟ ਕਰਕੇ ਇਹਦੇ ਜਿਹੜੇ ਧਵਾਉਣਾ ਵਾਂ ਨੂੰ ਉੱਥੋਂ ਜਿਹੜਾ ਜ਼ਿਆਦਾ ਖਰਾਬ ਜਾ ਫਿਰ ਉਹ ਦੂਜੇ ਹਿੱਸੇ ਨੂੰ ਰੰਗ ਮਾਰ ਦਿੰਦੇ ਆਂ ਤੇ ਲੱਪੇ ਲੁੱਪੇ ਰਾਤ ਸਾਰੇ ਬੈਲਡ ਹੋ ਗਏ ਸੀਗੇ ਰਿਪੋਰਟ ਓਕੇ ਤੇ ਬੰਪਰ ਇਹਦੇ ਰੰਗ ਹੋਇਆ ਪਿਆ ਵਾ ਤੇ ਇਹਨੂੰ ਫਿਰ ਹੁਣ ਧਵਾਉਣ ਤੋਂ ਬਾਅਦ ਫਿਰ ਇਹਨੂੰ ਕੱਸ ਦਿੰਦੇ ਆਪਾਂ। ਲਓ ਜੀ ਕੱਢਣ ਲੱਗਿਆ ਬਾਹਰ ਆਪਾਂ ਹੁਣ ਬਾਹਰ ਕੱਢ ਕੇ ਗੇੜਾ ਗੋੜਾ ਦੇਦੇ ਆ ਬ੍ਰੇਕਾਂ ਬਰੂਕਾਂ ਦੇਖਦੇ ਆ ਸੈਟਿੰਗ ਕਰਕੇ ਉਹਦੀ ਕਿਵੇਂ ਵੱਧ ਘੱਟ ਤਾਂ ਨਹੀਂ ਲੱਗਦੀ ਤੇ ਬਾਕੀ ਰੰਗ ਦੀ ਤਕਰੀਬਨ 19-21 ਦਾ ਹੀ ਫਰਕ ਆ ਰੰਗ ਦੀ ਮੈਚਿੰਗ ਪੂਰੀ ਓਕੇ ਹੋ ਗਈ। ਬਾਕੀ ਉਹਦੇ ਕਹਿਣ ਨੂੰ ਬਾਹਰ ਕੱਢਿਆ ਨਹੀਂ ਟਰੈਕਟਰ ਤੇ ਛੱਲੇ ਛੁੱਲੇ ਪਹਿਲਾਂ ਹੀ ਬਾਣਨ ਲੱਗ ਗਏ ਪਰ ਉਹਦੇ ਅਕਰ ਬੋਰਡ ਇਹ ਤਾਂ ਗੱਲ ਹੈ ਸਹੀ ਗੱਲ ਮੈਂ ਕਿਹਾ ਟਰੈਕਟਰ ਬਾਹਰ ਕੱਢਿਆ ਨਹੀਂ ਜਦੀ ਲੱਗ ਗਿਆ ਛੱਲੇ ਮਾਰਨ ਜੀ ਟਾਇਰ ਖੋਲਤੇ ਦੋਨੇ ਤੇ ਦੋਨੇ ਟਾਇਰ ਖੋਲ ਕੇ ਆਪਾਂ ਹੁਣ ਰੰਗ ਮਾਰਨਾ ਰਹਿ ਗਿਆ ਤੇ ਇੱਕ ਦੀ ਆਰਮ ਆਹ ਜ਼ਿਆਦਾ ਢਿੱਲੀ ਆ ਆਹ ਤੇ ਆਰਮ ਕੱਢ ਕੇ ਆਪਾਂ ਇਹਨੂੰ ਟਾਈਟ ਕਰ ਦਾਂਗੇ ਆਰਮ ਨੂੰ ਤੇ ਬੋਲਟ ਵੀ ਦੇਸੀ ਪਾਇਆ ਹੋਇਆ ਬੋਲਟ ਵੀ ਚੇਂਜ ਕਰ ਦਾਂਗੇ ਤੇ ਕਾਹ ਚੀਜ਼ ਬਹੁਤ ਢਿੱਲੀ ਆ ਇਹਦੀ ਆਹ ਨਾ ਢਿੱਲੀ ਫਿਰਦੇ ਆ ਤੇ ਉਹ ਕਰਕੇ ਫਿਰ ਇਹਦੀ ਲੈਨਮੈਂਟ ਸੈੱਟ ਕਰ ਦਾਂਗੇ ਸਾਰੀ ਤੇ ਆਹ ਲੱਪੇ ਲੁੱਪੇ ਲੱਗ ਗਏ ਸਾਰਾ ਇੱਥੇ ਰੰਗ ਕਿਹੜਾ ਹੁਣ ਰੰਗ ਸਾਰਾ ਵੱਜ ਜੂਗਾ ਇੱਧਰ ਉੱਧਰ ਦੋਨੇ ਨਾਲ ਸੋਹਣਾ ਲੱਗੂਗਾ ਤੇ ਬਾਕੀ ਇੱਧਰ ਬੈਟਰੀ ਬਾਕਸ ਰਗੜਦਾ ਪੂਰਾ ਤੇ ਐਨ ਕੱਢਦਾ ਜਾਂਦੀ ਜਿੱਦਾਂ ਅਰੀਜਨਲ ਚਾਦਰ ਨਾਲ ਹੀ ਚੱਲਣਾ ਤੇ ਸਟਿੱਕਰ ਜਿਹਾ ਆਪਾਂ ਉਵੇਂ ਰੱਖ ਲਿਆ ਉਹ ਵਾਲਾ ਉਹਦੇ ਟੇਬਲ ਆ ਕੇ ਬਾਕੀ ਸਾਰੇ ਰੰਗ ਮਾਰ ਦਾਂਗੇ ਬਾਅਦ 'ਚ ਟੇਬਲ ਆ ਦਾਂਗੇ ਜਾਓ ਹੁਣ ਆਪਾਂ ਫਿਰ ਕਰਦੇ ਹਾਂ ਪਹਿਲਾਂ ਬੈਟਰੀ ਬਾਕਸ ਰੰਗ ਕਾਲਾ ਰੰਗ ਪਾਇਆ ਪਿਆ ਕੰਨ 'ਤੇ ਬੈਟਰੀ ਬਾਕਸ ਰੰਗ ਕਰਕੇ ਫਿਰ ਨਾਲ ਹੀ ਆਪਾਂ ਲਾਲ ਰੰਗ ਬਣਾ ਖਾਂਗੇ।
ਬਾਕੀ ਬੰਪਰ ਵੀ ਹੋ ਗਿਆ ਫਿੱਟ ਤੇ ਟਾਇਰ ਵੀ ਦਿੱਤੇ ਕਾਫ ਤੇ ਹੁਣ ਚੈੱਕ ਕਰੋ ਲੁੱਕ ਇੱਕ ਵਾਰੀ ਤੇ ਪਹਿਲਾਂ ਵਾਲੀ ਲੁੱਕ ਦੇਖੋ ਤੇ ਹੁਣ ਵਾਲੀ ਦੇਖੋ ਤੇ ਸ਼ੋਅ ਤਕਰੀਬਨ ਹੁਣ ਉੱਚੀ ਹੋ ਗਈ ਉਹਦੇ ਕਰਕੇ ਘੈਂਟ ਲੱਗਦਾ ਪੂਰਾ ਬੰਪਰ ਜਾਂਦੀ ਤਕਰੀਬਨ ਇੰਨਾ ਨਹੀਂ ਮੈਂ ਚਲੇ ਗਿਆ ਪਹਿਲਾਂ ਜਾਣ ਦੀ ਮੰਨ ਕੇ ਚਲੋ ਬੰਪਰ ਸੀਗਾ ਇੱਥੇ ਆਹ ਚੀਜ਼ 'ਤੇ ਉੰਨੀ ਸ਼ੋਅ ਮੰਨ ਕੇ ਚਲੋ ਦੋ ਤਿੰਨਾਂ 'ਚ ਸ਼ੋਅ ਵੀ ਨਹੀਂ ਮੀ ਸੀਗੀ ਅਤੇ ਕੁਛ ਬੰਪਰ ਇੱਥੇ ਦੱਸਿਆ ਹੋਇਆ ਸੀਗਾ ਫਿਰ ਉਸ ਹਿਸਾਬ ਨਾਲ ਇੱਥੇ ਜਾ ਵੜਦੇ ਹੁਣ ਦੇਖੋ ਕਰੋ ਚੈੱਕ ਰਿਪੋਰਟ ਹੁਣ ਘੈਂਟ ਲੱਗਦਾ ਲਓ ਜੀ ਅਤੇ ਪੈਪਾਂ ਰੈਡੀ ਹੋ ਗਈਆਂ ਹੈਡ ਗਾਰਡ ਵਾਲੀਆਂ ਅਤੇ ਬਾਕੀ ਅਤੇ ਆਹ ਸ਼ੀਸ਼ੇ ਆ ਅਤੇ ਸ਼ੀਸ਼ੇ ਕੱਟ ਕੇ ਉਹ ਵੀ ਹੋ ਗਏ ਰੈਡੀ ਬਾਕੀ ਟਰੈਕਟਰ ਆਪਣੇ ਕੋਲ ਪਹੁੰਚ ਗਿਆ ਅਤੇ ਆਓ ਫਿਰ ਹੁਣ ਆਪਾਂ ਕੱਸਦੇ ਹਾਂ ਇਹਦੇ ਹੀਟ ਗਾਰਡ ਲਓ ਜੀ ਹੀਟ ਗਾਰਡ ਕੱਸੇ ਗਏ ਅਤੇ ਇਹਦੇ ਵੀ ਦੇਖੋ ਕਰੋ ਚੈੱਕ ਰਿਪੋਰਟ ਅਤੇ ਬਾਕੀ ਦੂਜੇ ਪਾਸੇ ਬਾਕੀ ਕਰਿਓ ਕਮੈਂਟ ਜ਼ਰੂਰ ਅਤੇ ਦੱਸਿਓ ਕੰਮ ਕਿੱਦਾਂ ਲੱਗਿਆ।